ਆਪਾਂ ਬੇਟਾ ਕਰ ਰਹੇ ਸੀ ਕੱਲ ਪ੍ਰਾਰਥਨਾ ਚੈਪਟਰ ਸਾਡਾ ਫਿਨਿਸ਼ ਹੋ ਗਿਆ ਠੀਕ ਹੈ ਅੱਜ ਅਸੀਂ ਕਰਨੇ ਨੇ ਇਹਦੇ ਕੁਐਸਚਨ ਆਨਸਰਸ ਉਸ ਤੋਂ ਪਹਿਲਾਂ ਮੈਨੂੰ ਕੋਈ ਬੱਚਾ ਦੱਸੇ ਕਿ ਆਪਾਂ ਇਸ ਪ੍ਰਾਰਥਨਾ ਚੈਪਟਰ ਵਿੱਚ ਕੀਤਾ ਕੀ ਸੀ ਇਹਦਾ ਸਾਰ ਜਾਂ ਇਹਦੇ ਵਿੱਚ ਇੱਕ ਸਟੋਰੀ ਆਈ ਸੀ ਜਾਂ ਸਾਨੂੰ ਇਹ ਤੋਂ ਕੀ ਸਿੱਖਿਆ ਮਿਲਦੀ ਹੈ ਠੀਕ ਹੈ ਜਾਂ ਤੁਸੀਂ ਪੜ੍ਹਿਆ ਤੁਸੀਂ ਕਿੱਦਾਂ ਫੀਲ ਕੀਤਾ ਕਿ ਵਾਕਈ ਤੁਹਾਨੂੰ ਅਰਦਾਸ ਕਰਨੀ ਚਾਹੀਦੀ ਹੈ ਵਾਕਈ ਤੁਹਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਠੀਕ ਹੈ ਸੋ ਕੌਣ ਸੁਣਾਏਗਾ ਇਹਦਾ ਸਾਰ ਪ੍ਰਾਰਥਨਾ ਚੈਪਟਰ ਦਾ ਡਾਕਟਰ ਬਲਬੀਰ ਸਿੰਘ ਦਾ ਲਿਖਿਆ ਹੋਇਆ ਹੈ ਐਨੀਵਨ ਪ੍ਰਾਰਥਨਾ ਚੈਪਟਰ ਕੱਲ ਆਪਾਂ ਰੀਡ ਕੀਤਾ ਕੌਣ ਦੱਸੇਗਾ ਕੀ ਕਿਹਾ ਗਿਆ ਸੀ ਇਹਦੇ ਵਿੱਚ ਹਾਂਜੀ ਅਰਸ਼ੀਨ ਪ੍ਰਭਗੁਣ ਕੋਈ ਨਹੀਂ ਬੋਲੇਗਾ ਨਹੀਂ ਪਤਾ ਕਿਸੇ ਨੂੰ ਵੀ ਕੱਲ ਆਪਾਂ ਚੈਪਟਰ ਰੀਡ ਕਰਕੇ ਹਟੇ ਹਾਂ ਠੀਕ ਹੈ ਔਰ ਦੋ ਦਿਨ ਆਪਾਂ ਚੈਪਟਰ ਰੀਡਿੰਗ ਨੂੰ ਹੀ ਲਗਾ ਦਿੱਤੇ ਠੀਕ ਹੈ ਚਾਹੇ ਚਾਰ ਪੰਜ ਲਾਈਨਾਂ ਵਿੱਚ ਬੋਲੋ ਯੈਸ ਟੈਂਥ ਹੈ ਕਿਸੇ ਨੂੰ ਨਹੀਂ ਪਤਾ ਬੇਟਾ ਪ੍ਰਾਰਥਨਾ ਚੈਪਟਰ ਵਿੱਚ ਆਪਾਂ ਕੀਤਾ ਕੀ ਹੈ ਦੋ ਦਿਨ ਮੈਂ ਰੀਡਿੰਗ ਕਰਵਾਉਂਦੀ ਰਹੀ ਤੁਹਾਨੂੰ ਠੀਕ ਹੈ ਔਰ ਹਰ ਇੱਕ ਚੈਪਟਰ ਦਾ ਹਰ ਇੱਕ ਵਰਡ ਦਾ ਮੀਨਿੰਗ ਸਮਝਾਉਂਦੀ ਰਹੀ ਹਾਂ ਠੀਕ ਹੈ ਯੈਸ ਅਰਸ਼ੀਨ ਯੈਸ ਮੈਮ ਹਾਂਜੀ ਪ੍ਰਾਰਥਨਾ ਚੈਪਟਰ ਵਿੱਚ ਕਿਹਾ ਕੀ ਗਿਆ ਹੈ ਯੈਸ ਮੈਮ ਮੈਂ ਸੁਣਾਨੀ ਹਾਂ ਪ੍ਰਾਰਥਨਾ ਵਾਰਤਕ ਡਾਕਟਰ ਬਲਬੀਰ ਸਿੰਘ ਦੀ ਰਚਨਾ ਹੈ ਜਿਨ੍ਹਾਂ ਦਾ ਜਨਮ 10 ਦਸੰਬਰ 1896 ਨੂੰ ਪਿਤਾ ਸਰਦਾਰ ਚਰਨ ਸਿੰਘ ਅਤੇ ਮਾਤਾ ਸਰਦਾਰਨੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਸੀ ਆਧੁਨਿਕ ਪੰਜਾਬ ਵਾਰਤਕ ਦੇ ਮੋਢੀ ਲੇਖਕਾਂ ਵਿੱਚ ਡਾਕਟਰ ਬਲਬੀਰ ਸਿੰਘ ਦਾ ਨਾਂ ਵਿਸ਼ੇਸ਼ ਥਾਂ ਰੱਖਦਾ ਹੈ ਅਤੇ ਪ੍ਰਾਰਥਨਾ ਵਾਰਤਕ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਬੰਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ ਕਈ ਮੌਕੇ ਆਉਂਦੇ ਹਨ ਜਦੋਂ ਵੱਡੇ ਰਾਂਟ ਮਨੁੱਖ ਲਈ ਵੀ ਕੋਈ ਆਸਾ ਨਹੀਂ ਰਹਿ ਜਾਂਦਾ ਸਿਵਾਏ ਇੱਕ ਅਰਦਾਸ ਦੇ ਤੇ ਇਹਨਾਂ ਨੇ ਸਭ ਤੋਂ ਸਿਆਣਾ ਆਦਮੀ ਸੁਕਰਾਤ ਨੂੰ ਗਿਣਿਆ ਹੈ ਜਿਸ ਨੇ ਜ਼ਹਿਰ ਦਾ ਪਿਆਲਾ ਸ਼ਰਬਤ ਵਾਂਗਣ ਪੀ ਲਿੱਤਾ ਸੀ ਇਹਨਾਂ ਨੇ ਅੱਗੇ ਦੱਸਿਆ ਹੈ ਕਿ ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖਾਸ ਅਹਿਮੀਅਤ ਹੈ ਸਾਰੀਆਂ ਰੀਤਾਂ ਰਸਮਾਂ ਦੀ ਥਾਵੇਂ ਸਿੱਖ ਅਰਦਾਸ ਕਾਫੀ ਹੈ ਅਤੇ ਸਨ 1893 ਵਿੱਚ ਖਾਲਸਾ ਟ੍ਰੈਕ ਸੋਸਾਇਟੀ ਦਾ ਮੁੱਢ ਬਚਦਾ ਸੀ ਤੇ ਇਹ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪ੍ਰਯਤਨ ਦਾ ਸਿੱਟਾ ਹੈ ਅੱਗੇ ਇਹਨਾਂ ਨੇ ਦੱਸਿਆ ਹੈ ਕਿ ਓਸਕਰ ਵਾਇਲਡ ਨੇ ਅਰਦਾਸ ਦੇ ਉੱਤਰ ਬਾਰੇ ਲਿਖਿਆ ਸੀ ਕਿ ਅਰਦਾਸ ਦਾ ਉੱਤਰ ਮਿਲਣਾ ਜ਼ਰੂਰੀ ਨਹੀਂ ਹੁੰਦਾ ਤੇ ਜੇ ਇਸ ਦਾ ਉੱਤਰ ਹੀ ਮਿਲਣਾ ਸ਼ੁਰੂ ਹੋ ਜਾਵੇ ਤੇ ਇਹ ਅਰਦਾਸ ਨਹੀਂ ਰਹਿੰਦੀ ਬਲਕਿ ਖਤੋ ਖਤਾਬ ਦਾ ਸਿਲਸਿਲਾ ਬਣ ਜਾਂਦਾ ਹੈ ਅਤੇ ਇਹਨਾਂ ਨੇ ਅੱਗੇ ਦੱਸਿਆ ਕਿ ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਅਰਦਾਸ ਦੇ ਬਾਰੇ ਲਿਖਿਆ ਹੈ ਤੂੰ ਠਾਕੁਰ ਤੁਮ ਪੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਅੱਗੇ ਫਿਰ ਡਾਕਟਰ ਬਲਬੀਰ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਹਾਦਰੀ ਅਤੇ ਉਦਾਰਤਾ ਦੇ ਬਾਰੇ ਦੱਸਿਆ ਹੈ ਕਿ ਇੱਕ ਵਾਰੀ ਇੱਕ ਵੱਡਾ ਸਰਦਾਰ ਜੋ ਕਿ ਪਹਿਲੇ ਤਾੜਵੀ ਸੀ ਆਕੀ ਹੋ ਗਿਆ ਅਤੇ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨੂੰ ਬੜੇ ਔਖ ਨਾਲ ਜਿੱਤਿਆ ਸੀਗਾ ਤੇ ਜਦੋਂ ਵੀ ਕੋਈ ਸਰਕਾਰੀ ਨੌਕਰ ਇਸ ਨੂੰ ਅਨਪਾਣੀ ਦੇਣ ਆਉਂਦਾ ਸੀ ਤੇ ਇਹ ਮਹਾਰਾਜਾ ਸਾਹਿਬ ਨੂੰ ਕਿੰਨੀਆਂ ਕਿੰਨੀਆਂ ਹੀ ਗਾਲਾਂ ਦਿੰਦਾ ਸੀਗਾ ਤੇ ਇੱਕ ਵਾਰ ਜਦੋਂ ਇਹਨੂੰ ਸਮਾਂ ਕੱਟਣ ਤੇ ਇੱਕ ਵਾਰ ਜਦੋਂ ਇਹਨੂੰ ਕੋਈ ਸਮਾਂ ਕੱਟਣਾ ਸੀਗਾ ਤੇ ਇਹ ਆਲੇ ਦੁਆਲੇ ਘੁੰਮਦਾ ਸੀਗਾ ਤੇ ਅਤੇ ਅਚਾਨਕ ਇਸ ਦੇ ਹੱਥ ਇੱਕ ਪੁਰਾਣੀ ਪੋਥੀ ਲੱਗੀ ਜਿਸ ਦੇ ਵਿੱਚ ਉਹ ਪੜ੍ਹ ਕੇ ਇੱਕ ਅੰਤ ਵਿੱਚ ਇੱਕ ਤੁੱਕ ਵਿੱਚ ਪਹੁੰਚਾ ਕਿ ਸਦ ਬਖਸ਼ਣ ਸਦਾ ਮਿਹਰਬਾਨਾ ਸਭਨਾ ਦੇ ਅਦਾਰੀ ਇਸ ਨੂੰ ਪੜ੍ਹ ਕੇ ਉਸਦੇ ਅੰਦਰ ਇੱਕ ਬਹੁਤ ਜ਼ਿਆਦਾ ਅਸਰ ਹੋਇਆ ਤੇ ਇਹ ਪੜ੍ਹ ਕੇ ਉਹ ਪਰਮਾਤਮਾ ਨੂੰ ਕਹਿੰਦਾ ਕਿ ਮੈਂ ਇੰਨਾ ਜ਼ਿਆਦਾ ਪਾਪੀ ਹਾਂ ਕਿ ਮੇਰੇ ਪਾਪ ਤੂੰ ਹਰ ਵੀ ਨਹੀਂ ਸਕਦਾ ਤੇ ਕੁਛ ਦਿਨ ਹੋਰ ਬੀਤੇ ਤੇ ਉਹ ਇੱਕ ਹੋਰ ਪੋਥੀ ਪੜ੍ਹਨ ਲੱਗਾ ਜਿਸ ਦੇ ਵਿੱਚ ਉਹਨੇ ਇਹ ਸ਼ਬਦ ਪੜ੍ਹਿਆ ਜਾਕੋ ਮਸਕਲ ਅਤ ਬਣੇ ਡੋਡੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਪਰਚ ਖੁਲ ਤੇ ਇਹ ਸਾਰਾ ਸ਼ਬਦ ਪੜ੍ਹ ਕੇ ਕੈਦੀ ਨੂੰ ਵੱਡਾ ਆਨੰਦ ਪ੍ਰਾਪਤ ਹੋਇਆ ਤੇ ਆਪਣੇ ਆਪ ਵਿੱਚ ਹੀ ਉਹ ਕਹਿਣ ਲੱਗਾ ਕਿ ਮੈਂ ਆਪਣੇ ਆਪ ਨੂੰ ਅਤਿ ਦੁਖੀ ਸਮਝਦਾ ਹਾਂ ਪਰ ਹੁਣ ਮੈਂ ਅੰਨ ਦਿੱਤਾ ਹਾਂ ਤੇ ਉਸ ਤੋਂ ਕੁਛ ਦਿਨ ਬੀਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰੋਹਤਾਸ ਆਠ ਡੇਰੇ ਲਾਏ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਹਾਲਤ ਵੀ ਕੁਛ ਵਿਗੜਨੀ ਸ਼ੁਰੂ ਹੋ ਗਈ ਤੇ ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਉਹਨਾਂ ਨੂੰ ਨੀਂਦ ਬਖਸ਼ੇ ਤੇ ਜਦੋਂ ਕੁਛ ਹੋਰ ਦਿਨ ਬੀਤੇ ਤਾਂ ਉਹਨਾਂ ਨੇ
कैदी नूं अपने महल अपने दरबार विच बुलाया अते महाराजा रणजीत सिंह जी कैदी विच बदलाव देख के बहुत ज्यादा खुश हुए सन अते अते उस नूं उन्होंने रिहा कर दिता सीगा। ते अंत विच असी ए वार्तक तो असी ए सीख सकते हां कि प्रार्थना साडे लई किन्नी ज्यादा जरूरी है। जदों असी प्रार्थना करते हां ते परमात्मा किस तरह साडे जिन्ने भी दुख ने ओ हर लैंदा है अते सानू सच्चे गुरु की प्राप्ति भी हो सकती। ठीक है, वेरी गुड। विलिंगली बेटा सारे हाथ खड़े करा करो। ठीक है, राइट। सार ए सिगा प्रार्थना चैप्टर। ठीक है, क्वेश्चन आंसर देखो बैक एक्सरसाइज से। अरदास कदों अते क्यों कीती जांदी है? फर्स्ट क्वेश्चन, कीती क्यों जांदी है अते केड़े केड़े मौकियां ते कीती जांदी है? हां जी, धवनेश, यस मैम। अरदास कदों अते क्यों कीती जांदी है? मैम अरदास दुख वेले ते सुख वेले सानू करनी चाहिदी है ते अरदास करन नाल सानू मन विच खुशी प्राप्त हुंदी है। ठीक है, होर आपा क्यों अरदास हर धर्म विच अरदास हुंदी है? अरदास की जरूरत हर संसारक मनुख नूं हुंदी है। ठीक है, अरदास गुड। यस, हर्षदीप, हर्षदीप अरदास कदों ते क्यों कीती जांदी है? हर्षदीप अनम्यूट योरसेल्फ। वेट, आदित्य शर्मा, आदित्य अरदास कदों मैम एक बार रिपीट कर दो, अरदास कदों ते क्यों कीती जांदी है? यस, अरदास कदों कीती जांदी है ते क्यों कीती जांदी है? हां जी, अरदास दुख ते सुख वेले कीती जांदी है, सानू करनी चाहिदी है। अरदास हर धर्म विच हुंदी है। अरदास करन नाल साडे दुख दूर हुंदे हन। सानू कदे भी अरदास दुख वेले नहीं करनी चाहिदी, सानू सुख वेले भी अरदास करनी चाहिदी है। ठीक है, अरदास कदों कीती जांदी है? तुसी पहला कहना कि अरदास साडी जिंदगी विच बहुत ज्यादा अहमियत रखती है। ठीक है, हर एक बंदे नूं अरदास करनी जरूरी है। अरदास कदों कीती जांदी है, फिर तुसी ए क्वेश्चन दा आंसर देना है कि हर एक दुख सुख समय कीती जांदी है। जन्म वेले, व्याह वेले, मरण वेले कोई काम शुरू करना है तां अरदास कीती जांदी है। क्यों? जदों आपां कोई काम शुरू करदे हां, थोड़ा तुसी इलैबोरेट कर सकते हो ताकि वो साडा काम जड़ा है वो सिरे चढ़े, मतलब वो काम बिना किसी समस्या दे कंप्लीट होवे। ते कीती क्यों जांदी है? क्योंकि अरदास दे नाल सानू सुख शांति मिलती है। अरदास जड़ा है वो चढ़दी कला दा साधन है। ठीक है, सरबत दे भले लई कीती जांदी। आपां अरदास करदे क्यों हां? ताकि सानू परमात्मा दी प्राप्ति होवे। राइट, 5-6 लाइनां अगर तुसी चैप्टर ध्यान नाल सुनोगे फिर तुसी हैंड रेज करोगे, अदरवाइज तुसी आंसर दे ही नहीं सकते। ठीक है, सेकंड क्वेश्चन,
प्रसिद्ध लेखक ऑस्कर वाइल्ड दे अरदास बारे की विचार हन। अर्शीन यस मैम, कदे कदे पढ़े लिखे नौजवान ते पुछते सन की अरदास करना की अरदास भी कदे सुनी जाती है ते कदे अरदास का उत्तर मिलता है ते ऐसे बारे ऑस्कर वाइल्ड ने अरदास से उत्तर बारे कहा सका कि अरदास का उत्तर मिलना ही नहीं चाहिए ते जदों अरदास का उत्तर ही मिल जावे ता वो अरदास ही नहीं रहती बल्कि वो खतो खिताब का सिलसिला ही बन जाता। ठीक है, गुड, राइट। कि ऑस्कर वाइल्ड की कहता है कि जड़ी अरदास है एदा उत्तर मिलना चाहिए है, वो कहता नहीं मिलना चाहिए। क्यों नहीं मिलना चाहिए? तुसी पहला लिखना है कि कई जड़े पढ़े लिखे नौजवान ने कहते हैं कि जरा अरदास का उत्तर मिलना चाहिए। फिर ऑस्कर वाइल्ड उन्होंने उत्तर कहता जे अरदास का उत्तर ही मिलने लग पवेगा फिर एक खतो खिताबत का एक खता का सिलसिला ही रह जाएगा, फिर आप सच्चे दिलों अरदास नहीं कर सकते। ठीक है, आप बस परमात्मा तो अपनी समस्या का उत्तर ही ले सकते हाँ। इसलिए वह कहते हैं कि यह जरा अरदास का उत्तर मिलना यह बिल्कुल चंगी गल नहीं है, सगो अरदास जी है वह दिलों की जानी चाहिए है। ठीक है, थर्ड, सिख धर्म विच अरदास दी की महत्ता है। हर्षदीप मैम, सिख धर्म विच अरदास एक बहुत ही खास अहमियत है। सारी रीता ते रस्मा विच अरदास सब तो पहले कीती जांदी है अते अरदास एक संसार लई बहुत ही जरूरी वस्तु है। जन्म वेले, मरण वेले, विआह वेले सब जगह सब तो पहले यह कीती जांदी है अते यह सारे धार्मिक स्थाना दी जगह ते सब तो पहले एक जरूरी चीज मनी जांदी है। वेरी गुड, हाँ जी आदित्य। मैम, सिख धर्म विच अरदास दी खास महानता है। सिख लई अरदास चढ़दी कला विच रहन दा साधन है। सिख धर्म विच अरदास निज तो उपर उठ के सरबत दे भले लई कीती जांदी है। जो मनुख नू सहज सुभा विचो कट के वड्डा बना दिंदी है। ठीक है जी, गुड, राइट। तो सिख धर्म विच अरदास दी बहुत ज्यादा महत्ता है। पहला की है, क्यों महत्ता है? क्योंकि ये चढ़दी कला दा साधन है। ठीक है, तुहानू हमेशा उत्साह वल ले जाएगा। दूसरा पॉइंट, सरबत दे भले विच जोड़दी है। ठीक है, सरबत दे भले लई, राइट। अपने जिहड़ा साडा निजी हुंदा है, मैं हुंदी है, वह खत्म हो जाती है, आपां दूसरिया बारे सोचना शुरू कर देंगे। हाँ, ठीक है। या तुसीं इहदे विच जिहड़ा आपां फर्स्ट क्वेश्चन विच लिखा सीगा कि अरदास हर एक मौके ते कीती जांदी है, जिस तरह हर्षदीप ने दस्सिया सीगा, वह भी आपां लिख सकते हो। ठीक है, पहला वह वाला, फिर चढ़दी कला का साधन सरबत दे भले लई, ते अरदास करनी जरूरी है क्योंकि यह सहज सुभा है, आपां नूं करनी चाहिए है। ठीक है, सेकंड क्वेश्चन, थर्ड देखो, सॉरी थर्ड हो गया, फोर्थ क्वेश्चन, प्रार्थना करन नाल कैदी दे विहार विच किहो जिही तब्दीली आई। नेचर किद्दां चेंज होई कैदी दी? फोर्थ क्वेश्चन, यस कृतिका। मैम, प्रार्थना करन नाल कैदी दा मन शांत हो गया, वो हर रोज पाठ करन ते उसदे अर्थ समझन लगा, जिस नाल उसदा सुभाव विच मिठास ते निम्रता आ गई, उसदा परमेश्वर विच अटुट विश्वास कायम हो गया ते उसने संसारिक पदार्थां तो भी मुंह मोड़ लिया। ठीक है जी, गुड, हां जी प्रभगुन। कैदी का सुभाव उस समय बदलिया जदो ओ उसके धुंदे उत्ते हाथ पुरानी पोथी लगी जिसनू पढ़ के उसनू आत्मक शांति मिली ते उस नाल उसका सारा जीवन बदल गया ते उसने परमात्मा दा लड़ फड़। ठीक है, प्रार्थना करन नाल कैदी दे विहार विच, या तुसी थोड़ा जिहा स्टार्टिंग च लिख सकदे हो कि कैदी जिसने बहुत सारे जुलम किते सन, काफी लोकां नू मारिया सी, बेदोशे मारिया सी। ठीक है, महाराजा रणजीत सिंह ने उन्हों कैद विच रखिया, राइट, ते उन्हों उदे जदो कैद किले विच सी, बंद सी, तां उदे हाथ विच एक पोथी लगी, पोथी नू उह दिनो दिन पढ़दा गया, होर ज्यादा डूंगा चलदा गया उदे विच, ते उन्हों परमात्मा दे बारे पता लगा कि परमात्मा किस तरह साडे दुखां नू
ਸਾਡੇ ਕਸ਼ਟਾਂ ਨੂੰ ਖਿਮਾ ਕਰਦਾ ਹੈ। ਠੀਕ ਹੈ, ਤੇ ਉਹਦੇ ਵਿੱਚ ਫਿਰ ਕਿਹੜੇ ਕਿਹੜੀਆਂ ਤਬਦੀਲੀਆਂ ਆਈਆਂ? ਉਹ ਨਿਰਮਾਣਤਾ ਵਾਲਾ ਬਣ ਗਿਆ, ਨਿਮਰਤਾ ਵਾਲਾ ਬਣ ਗਿਆ, ਉਹਦੇ ਵਿੱਚ ਦਿਆਲਤਾ ਆ ਗਈ, ਇਹ ਸਾਰੇ ਚੇਂਜਸ ਆ ਗਏ। ਤੇ ਉਹ ਸਭ ਨਾਲ ਬਾਅਦ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਜਾਂ ਬੜੀ ਹਲੀਮੀ ਦੇ ਨਾਲ ਗੱਲ ਕਰਦਾ ਸੀ। ਠੀਕ ਹੈ, ਨੈਕਸਟ, ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮਾਫ ਕਿਉਂ ਕਰ ਦਿੱਤੀ? ਯੈਸ ਅਦਿਤਿਆ। ਵਾਹਿਗੁਰੂ ਅੱਗੇ ਅਰਦਾਸ ਕਰਨ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਮਾਨਸਿਕ ਹਾਲਤ ਵਿੱਚ ਸੁਧਾਰ ਆਇਆ ਅਤੇ ਉਹਨਾਂ ਨੂੰ ਚੰਗੀ ਨੀਂਦ ਆ ਗਈ, ਜਿਸ ਕਰਕੇ ਉਹਨਾਂ ਨੇ ਵਾਹਿਗੁਰੂ ਦੇ ਸ਼ੁਕਰਾਨਾ ਵਜੋਂ ਕੈਦੀ ਦੀ ਸਜ਼ਾ ਮਾਫ ਕਰ ਦਿੱਤੀ। ਠੀਕ ਹੈ, ਹੋਰ ਕੋਈ ਬੱਚਾ? ਸਜ਼ਾ ਕਿਉਂ ਮਾਫ ਕੀਤੀ? ਠੀਕ ਹੈ ਅਦਿੱਤਿਆ ਦਾ ਆਂਸਰ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਰੋਹਤਾਸ ਦੇ ਕਿਲੇ ਕੋਲ ਪਹੁੰਚੇ ਤਾਂ ਉੱਥੇ ਜਾ ਕੇ ਉਹਨਾਂ ਦੀ ਜਿਹੜੀ ਤਬੀਅਤ ਹੈ ਉਹ ਖਰਾਬ ਹੋ ਗਈ। ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੈਨੂੰ ਨੀਂਦ ਬਖਸ਼। ਪਰਮਾਤਮਾ ਨੇ ਉਹਨੂੰ ਬਹੁਤ ਆਰਾਮ ਬਖਸ਼ਿਆ ਤੇ ਉਹਨਾਂ ਨੇ ਅਗਲੇ ਦਿਨ ਉੱਠ ਕੇ ਕਿਹਾ ਕਿ ਮੈਂ ਇੱਕ ਭਾਰੇ ਕੈਦੀ ਨੂੰ ਛੱਡਣਾ ਚਾਹੁੰਦਾ ਹਾਂ। ਠੀਕ ਹੈ, ਤੇ ਉਹਨਾਂ ਨੇ ਕੈਦੀ ਦੀ ਸਜ਼ਾ ਮਾਫ਼ ਇਸ ਲਈ ਕੀਤੀ ਕਿਉਂਕਿ ਉਸ ਕੈਦੀ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਗਈ ਸੀ, ਜਿਹੜਾ ਆਪਾਂ ਪਹਿਲਾਂ ਕੁਸ਼ਚਨ ਕਰਕੇ ਹਟੇ ਹਾਂ। ਠੀਕ ਹੈ, ਤੇ ਉਹਨਾਂ ਨੇ ਉਸ ਉੱਤੇ ਰਹਿਮ ਕੀਤਾ ਅਤੇ ਉਸਨੂੰ ਸਜ਼ਾ ਤੋਂ ਮੁਕਤ ਕੀਤਾ। ਨੈਕਸਟ, ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ? ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ? ਕੀ ਕਿਹਾ ਸੀਗਾ? ਹਾਂਜੀ, ਕੈਦੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਦੇਖਿਆ ਕਿ ਕੈਦੀ ਦੇ ਵਿਹਾਰ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ। ਠੀਕ ਹੈ, ਤੇ ਉਹ ਬਹੁਤ ਜ਼ਿਆਦਾ ਬਦਲ ਚੁੱਕਾ ਹੈ, ਹਰ ਕਿਸੇ ਦੇ ਨਾਲ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਗੱਲ ਕਰਦਾ ਹੈ, ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਰਿਹਾ ਕਰਨਾ ਚਾਹਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਕਿਹਾ ਕਿ ਮੈਂ ਤੈਨੂੰ ਕੀ ਹੈ, ਪਹਿਲਾਂ ਉਹਨੇ ਸੋਰੀ ਕੈਦੀ ਨੇ ਕਿਹਾ ਕਿ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਮੈਨੂੰ, ਜੇ ਤੁਸੀਂ ਨਾ ਹੁੰਦੇ ਤਾਂ ਤੁਸੀਂ ਮੈਨੂੰ ਇਸ ਕਿਲੇ ਵਿੱਚ ਨਾ ਲੈ ਕੇ ਆਉਂਦੇ, ਕੈਦ ਨਾ ਕਰਦੇ, ਤੇ ਨਾ ਮੇਰੇ ਹੱਥ ਵਿੱਚ ਪੋਥੀ ਲੱਗਦੀ, ਨਾ ਮੈਂ ਪਰਮਾਤਮਾ ਦੇ ਬਾਰੇ ਵਿੱਚ ਇੰਨਾ ਜਾਣ ਸਕਦਾ ਕਿ ਪਰਮਾਤਮਾ ਕੀ ਹੈ, ਬਖਸ਼ਣ ਵਾਲਾ ਹੈ। ਠੀਕ ਹੈ, ਤੇ ਉਹ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਸਭ ਕੁਛ ਤੁਹਾਡੀ ਬਦੌਲਤ ਹੋਇਆ ਹੈ ਜਿਹੜਾ ਮੇਰੇ ਵਿਵਹਾਰ ਵਿੱਚ ਇੰਨਾ ਸਾਰਾ ਚੇਂਜ ਆਇਆ। ਤੇ ਫਿਰ ਰਣਜੀਤ ਸਿੰਘ ਉਹਨਾਂ ਤੋਂ ਖੁਸ਼ ਹੋਏ ਤੇ ਉਸਨੂੰ ਸਰਦਾਰ ਦੀ ਉਹਨੇ ਉਪਾਧੀ ਦੇਣੀ ਚਾਹੀ, ਪਰ ਕੈਦੀ ਨੇ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਹੁਣ ਉਹ ਅਗਲਾ ਜਿਹੜਾ ਆਪਣਾ ਜੀਵਨ ਹੈ ਉਹ ਸਿਰਫ ਪਰਮਾਤਮਾ ਦੀ ਸ਼ਰਨ ਵਿੱਚ ਹੀ ਬਿਤਾਉਣਾ ਚਾਹੁੰਦਾ ਸੀ। ਠੀਕ, ਲਾਸਟ ਕੁਸ਼ਚਨ ਹੈ, ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ? ਹੁਣ ਇਹ ਜਰਨਲ ਜਿਹਾ ਕੁਸ਼ਚਨ ਹੈ। ਠੀਕ ਹੈ, ਕਿ ਤੁਸੀਂ ਸਮਾਜ ਵਿੱਚ ਕਿੱਦਾਂ ਰਹਿ ਸਕਦੇ ਹੋ, ਮਾੜੇ ਕੰਮ ਕਰਕੇ ਜਾਂ ਚੰਗੇ ਕੰਮ ਕਰਕੇ, ਵਿਚਰਨਾ ਕਿੱਦਾਂ ਚਾਹੀਦਾ ਹੈ ਤੁਹਾਨੂੰ ਸਮਾਜ ਵਿੱਚ? ਕਾਮਨ ਹੈ ਬੇਟਾ ਇਹ ਕੁਸ਼ਚਨ, ਆਲਮੋਸਟ ਸਭ ਦੇ ਹੱਥ ਖੜੇ ਹੋਣੇ ਚਾਹੀਦੇ ਨੇ ਇਸ ਕੁਸ਼ਚਨ ਵਿੱਚ। ਯੈਸ ਅਰਮਾਨ ਵਡੇਰਾ, ਅਰਮਾਨ। ਯੈਸ ਮੈਮ। ਸਾਨੂੰ ਸੰਸਾਰ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ ਅਰਮਾਨ, ਕਿੱਦਾਂ ਰਹਿਣਾ ਚਾਹੀਦਾ ਸਾਨੂੰ ਸੰਸਾਰ ਵਿੱਚ? ਮੈਮ, ਸਾਨੂੰ ਸੰਸਾਰ ਦੇ ਵਿੱਚ ਸਿੱਧਾ ਸਾਦਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਭਗਵਾਨ ਦੀ ਪੂਜਾ ਅਤੇ ਪਾਠ ਕਰਨਾ ਚਾਹੀਦਾ ਹੈ। ਸਾਨੂੰ ਹਰ ਵੇਲੇ ਅਰਦਾਸ ਕਰਨੀ ਚਾਹੀਦੀ ਹੈ ਅਤੇ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ ਤਾਂ ਕਿ ਸਾਡਾ ਅਗਲਾ ਸਮਾਂ ਆਏ ਉਹ ਸਾਡਾ ਖੁਸ਼ਹਾਲ ਸਮਾਂ ਹੋਏ। ਠੀਕ ਹੈ, ਯੈਸ ਇਮਾਨੀ। ਮੈਮ, ਸਾਨੂੰ ਚੰਗੇ ਲੈਣਾ ਚਾਹੀਦਾ ਕਿਉਂਕਿ ਪਰਮਾਤਮਾ ਦਾ ਨਾਮ ਲੈਣ ਨਾਲ ਹੀ ਸਾਨੂੰ ਔਖੇ ਵੇਲੇ
सुख प्राप्त होता है ते सानू परमात्मा नू अपनी पुला नू बख्शन दी बख्शन ही कहना चाहिए है ते सानू हर वेले ओके ठीक है जी अरमान का आंसर भी ठीक सी मानी का भी आंसर ठीक सी कि सानू संसार विच किद्दां विचरना चाहिदा है सानू संसार विच विचरना मतलब किद्दां रहना चाहिदा है चंगे काम करने चाहिदे हन ठीक है ए चार पांच पॉइंट्स ने उन्हां नू तुसी इलैबोरेट कर सकदे हो ठीक है पहला की है परमात्मा का नाम जपना चाहिदा है ठीक है दूसरा की है चंगे काम करने चाहिए हन ठीक है फिर अगे है सरबत दे भले लिए काम करने चाहिए हन ठीक है और सानू किसी दा माड़ा नहीं करना चाहिए ठीक है फिर अपनी जड़ी जिंदगी है मोह माया दे नाल प्यार नहीं करना चाहिए सीधे साधे ढंग दे नाल जीवन बतीत करना चाहिए है ठीक है इस तरह असीं समाज विच विचर सकते हाँ जे आपां परमात्मा दा इहदा जिहड़ा लास्ट पैरा है ना इस चैप्टर दा वह भी तुहाडा ये वाला आंसर बन सकता है विचों विचों तुसीं लाइना लै सकते हो कि जे असीं परमात्मा दे नाम जपांगे तो सानू उहदी दरगाह दे विच जिन्ने भी साडे कष्ट हन उहनां दा निस्तारा होएगा उह तों कट्टिया जाएगा क्योंकि अंत विच परमात्मा दी दरगाह विच ही जीवात्मा ने जाना है ठीक है इसलिए की है अपनी भुलां दी माफी मंगो ठीक है क्योंकि ते भजन करो राइट ते जगत का विहार शुद्ध रखो दूसरिया दे नाल सही रहो अपना मन शुद्ध रखो ते हमेशा अपना जिहड़ा मन है वह करतार वाल वह परमात्मा वाल लगाओ इस तरह ना तुसी संसार विच वधिया तरीके नाल विचर सकते हो ठीक है ये सात क्वेश्चंस ने बेटा राइट किसी नु अगर कोई भी क्वेश्चन विच डाउट होए तो मैनु पूछ लो ये तुसी अपनी फेयर कॉपी ते लिखने ने ठीक है और ये लिख के तुसी मेनु नेक्स्ट वीक तक अपनी कॉपी भेजोगे मैं थोड़े ग्रुप विच पा दवांगी फिलहाल तुसी तीन क दिन ले लो ये चैप्टर फिनिश करन नु वन वर्ड क्वेश्चन भी मैं थानू सेंड किए हुए ने एक्सट्रा क्वेश्चन भी ने बेटा ये ठीक है एमसीक्यूज भी आ सकते ने ठीक और सब्जेक्टिव भी आ सकते हैं क्योंकि तुहाडे टेस्ट तो सब्जेक्टिव होने हैं ना राइट टेस्ट भी तुहाडे सब्जेक्टिव ही होने एक दिन तुहाडा ऑब्जेक्टिव है एक बारी और अगले दिन तुहाडा सब्जेक्टिव है तो तुसी पेपरां नूं पहला तुहाडे टेस्ट होणगे तुसी उहनूं तां पार करो जे तुसी ये सोच रहे हो कि एमसीक्यूज आने कोई गल नहीं ठीक है सो देखो एक एक्स्ट्रा क्वेश्चन बन सकता है कि प्रार्थना लेख विच लेखक ने की नैतिक सिख्या दिती है ठीक है प्रार्थना लेख विच लेखक ने की नैतिक सिख्या मतलब मॉरल वैल्यूज केड़ियां दितियां ने केड़ियां केड़ियां मॉरल वैल्यूज होनियां चाहीदियां ने ਕਿਹੜੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ ਪਹਿਲਾ ਕੀ ਹੈ ਆਲਮੋਸਟ ਸੇਮ ਨੈਤਿਕ ਸਿੱਖਿਆ ਸਾਨੂੰ ਦੂਸਰਿਆਂ ਦਾ ਹਮੇਸ਼ਾ ਭਲਾ ਕਰਨਾ ਚਾਹੀਦਾ ਹੈ ਹਮੇਸ਼ਾ ਸੱਚ ਦੇ ਰਾਹ ਤੇ ਤੁਰਨਾ ਚਾਹੀਦਾ ਹੈ ਕਿਸੇ ਨਾਲ ਵੀ ਈਰਖਾ ਨਹੀਂ ਕਰਨੀ ਚਾਹੀਦੀ ਹਰ ਇੱਕ ਨੂੰ ਪਰਮਾਤਮਾ ਦਾ ਹੀ ਬੰਦਾ ਮੰਨ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਆਪਾਂ ਕਹਿੰਦੇ ਨਾ ਕਿ ਪਰਮਾਤਮਾ ਹਰ ਪਾਸੇ ਹੈ ਠੀਕ ਹੈ ਹਰ ਜਗ੍ਹਾ ਮੌਜੂਦ ਹੈ ਇਸ ਲਈ ਸਾਨੂੰ ਕਿਸੇ ਦਾ ਵੀ ਕਦੀ ਦਿਲ ਨਹੀਂ ਦੁਖਾਉਣਾ ਚਾਹੀਦਾ ਸੱਚੇ ਰਾਹ ਤੇ ਸੱਚੇ ਮਾਰਗ ਤੇ ਤੁਰਨਾ ਚਾਹੀਦਾ ਹੈ ਰਾਈਟ ਇਹ ਨੈਤਿਕ ਸਿੱਖਿਆ ਹੋ ਸਕਦਾ ਹੈ ਇਹਨਾਂ ਪੰਜ ਛੇ ਪੁਆਇੰਟਸ ਨੂੰ ਲੈ ਕੇ ਤੁਸੀਂ ਇਹਨੂੰ ਇਲੈਬੋਰੇਟ ਕਰ ਸਕਦੇ ਹੋ ਜਾਂ ਇਹ ਤੁਹਾਨੂੰ ਐਮਸੀਕਿਊਜ਼ ਵਿੱਚ ਵੀ ਆ ਸਕਦਾ ਹੈ ਉਹ ਕਿਸ ਤਰ੍ਹਾਂ ਨਾਲ ਕੁਐਸਚਨ ਇਹੀ ਹੋਏਗਾ ਠੀਕ ਹੈ ਆਪਸ਼ਨਸ ਬਣ ਸਕਦੀਆਂ ਨੇ ਨੈਤਿਕ ਸਿੱਖਿਆ ਕੀ ਦਿੱਤੀ ਗਈ ਹੈ ਪਹਿਲਾ ਝੂਠ ਬੋਲਣਾ ਸੈਕਿੰਡ ਚੰਗੇ ਕੰਮ ਕਰਨਾ ਥਰਡ
किसी का बुरा करना, फोर्थ मोह माया नाल प्यार करना। ठीक है, केड़े केड़े हैं ऑप्शंस? झूठ बोलना, चंगे काम करना, किसी का बुरा करना, मोह माया नाल प्यार करना, राइट? सो ऑप्शन होएगी सही। नैतिक शिक्षा की मिलती है चंगे काम करन दी। ठीक है, ऐसा भी थानू पूछा जा सकता है। या सानू किस दे नाल शुद्ध विहार रखना चाहिदा है, ये क्वेश्चन विचो ही बन रहे ने। सानू किस दे नाल शुद्ध विहार रखना चाहिदा है, मनुख दे नाल, पैसे दे नाल, मोह माया नाल, या जगत नाल। ठीक है, मनुख ते जगत उत्थे दोनों आ जाएंगे, पर जो चैप्टर दे नाल मिलदा होएगा सानू जगत दे नाल, दुनिया दे नाल शुद्ध विहार रखना चाहिदा है। ठीक, या पूछा जा सकता है कि जेड़े कैदी नू रिहा किया गया उसका वर्ताव किहो जिहा सी। ठीक है, पहला नहीं पर जदों चेंज हो गया सी उदों किस तरह का सीगा, मिठा सी, ठीक है, दयालता भरपूर सी, ऑप्शन दित्तियां जा सकदियां ने। ठीक, क्लियर जी? या बच्चे तुहानू इहदे विचों दी जिस तरह दो लाइना भी आ सकदियां ने, जिस तरह आ गई तुहानू तू ठाकुर तुम पे अरदास, जियो पिंड सब तेरी दास। इस विच किस दी भगती करन बारे कहा गया है, या इस विच ठाकुर किस नू कहा गया है, परमात्मा नू कहा गया है। ठीक है, अरदास केड़े केड़े मौके की जाती है वह भी एमसीक्यूज विच आ सकते ने, वह भी तुसी लिखने ने। या खालसा ट्रैक्ट सोसाइटी का मुढ़ कदों बजा, ठीक है, मुढ़ बजा से 1893। ऑप्शन आ सकदियां ने थानू 1895, 1897, ठीक है, या 1890। सो सही वाला तुसी लेना है, ठीक है, 1893। ओके, या आ सकता है कि इसका मुढ़ किन्ने बनाया, या किन्ने खालसा ट्रैक्ट सोसाइटी की शुरुआत की, बलबीर सिंह ने की, महाराजा रणजीत सिंह ने की, ठीक है, प्रोफेसर पूरन सिंह ने की, या भाई वीर सिंह ने की। तो आंसर क्या आएगा, भाई वीर सिंह। मतलब इस तरह थोड़ा चैप्टर हर एक चीज से एमसीक्यूज भी आ सकते हैं। ठीक है, वह मैं असाइनमेंट बना देवगी, मैं थोड़ा सेंड कर देवगी, टाइम मिले तो आप डिस्कस भी कर लवेंगे। ओके, डन। सो शॉर्ट क्वेश्चन ने, ये शॉर्ट क्वेश्चन आप कल डिस्कस करांगे क्लास में ही। ओके, सो नाल बेटा आप करांगे तस्वीर वर्णन, राइट, पिक्चर्स में थानू दिखा देवांगी इत्थे ही, तो तुसी उनू देख के ही तस्वीर वर्णन करना ने, कोई दो या तीन आप तस्वीर वर्णन करांगे कल। ओके, और नाल आप करांगे अगेतर, 10th सी नू मैं 15th अगेतर कराए ने, थानू भी मैं 15 अगेतर करवा देवांगी कल। ठीक है, सो कल ही रेडी रहो अगेतर ले। मैं नवी बुक के अकॉर्डिंगली करवाए नहीं, ठीक है, अगर थोड़ी पुरानी बुक के विच अगे पिछे होंगे तो उन्होंने टिक करते रहो, बाकी जिस तरह भी पेपर आएंगे वो अकॉर्डिंगली थोड़ा दस्या जाएगा। ठीक है जी।